ਫਾਜ਼ਿਲਕਾ ਦੇ ਬੀਕਾਨੇਰੀ ਰੋਡ ਤੇ ਸ਼ਿਵ ਵਾਟਕਾ ਦੇ ਨੇੜੇ ਨੌਜਵਾਨ ਤੇ ਕੀਤਾ ਹਮਲਾ। ਨੌਜਵਾਨ ਬੁਰੀ ਤਰ੍ਹਾਂ ਨਾਲ ਕਾਇਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਬੀਕਾਨੇਰੀ ਰੋਡ ਤੇ ਸ਼ਿਵ ਵਾਟਕਾ ਦੇ ਨੇੜੇ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਕੁਝ ਲੋਕਾਂ ਵੱਲੋਂ ਕਾਇਲ ਕਰ ਦਿੱਤਾ ਗਿਆ। ਕਾਇਲ ਹਾਲਤ ਦੇ ਵਿੱਚ ਨੌਜਵਾਨ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹਸਪਤਾਲ ਦੇ ਵਿੱਚ ਭਰਤੀ ਨੌਜਵਾਨ ਨੇ ਦੱਸਿਆ ਕਿ ਉਹ ਕੰਮ ਤੋਂ ਵਾਪਸ ਲੌਟ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਯੂਕਾਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਨਾਲ ਕਾਇਲ ਹੋ ਗਿਆ। ਕਾਇਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹਮਲਾਵਰਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਨਵੀਸ਼। ਹਾਂਜੀ, ਕੀ ਹੋਇਆ ਜੀ? ਕੁਛ ਨਹੀਂ, ਇਹ ਕੱਲ੍ਹ ਝਗੜਾ ਹੋਇਆ ਸੀ ਥੋੜ੍ਹਾ ਜਿਹਾ ਅਤੇ ਅੱਜ ਉਹ ਵਾਹ ਸਾਰੇ ਬੰਦੇ ਬੁਲਾ ਕੇ ਉਹਨਾਂ ਨੇ ਮਾਰ ਕੁਟਾਈ ਕੀਤੀ ਹੈ ਅਤੇ ਕਾਪੇ ਕੁੱਪੇ ਮਾਰੇ ਉਹਨਾਂ ਨੇ। ਅੱਜ ਕਿਸ ਗੱਲ ਨੂੰ ਲੈ ਕੇ? ਅੱਜ ਸਾਨੂੰ ਨਹੀਂ ਪਤਾ ਸੀ, ਕੰਮ ਤੋਂ ਵਾਪਸ ਜਾ ਰਹੇ ਸੀ ਘਰ ਅਤੇ ਉਹ ਰਸਤੇ 'ਚ ਖੜ੍ਹੇ ਸੀਗੇ ਫੀਲਡਿੰਗ ਲਗਾ ਕੇ ਜਾਂ ਕਿਵੇਂ ਵੀ ਲਾ ਲਓ, ਵਾਹਵਾ ਜਣੇ ਸੀਗੇ, 8-9 ਜਣੇ ਹੁਣੇ ਆ, ਸਾਰਿਆਂ ਦੇ ਹੱਥ 'ਚ ਹਥਿਆਰ ਸੀਗੇ ਅਤੇ ਪਹਿਲਾਂ ਇੱਟਾਂ ਉੱਟਾਂ ਚਲਾਈਆਂ ਉਹਨਾਂ ਨੇ, ਫਿਰ ਸਿਰ 'ਚ ਮਾਰੇ ਮੇਰੇ ਨਾਲ ਦੇ ਦੋ ਚਲੇ ਗਏ ਸੀਗੇ, ਉਹ ਭੱਜ ਗਏ ਸੀਗੇ। ਕਿੰਨੇ ਜਣੇ ਸਾਨੂੰ? ਉਹ ਘੱਟੋ ਘੱਟ 8-9 ਜਣੇ ਤਾਂ ਹੈਗੇ ਸੀ। ਤੁਹਾਡੇ ਨਾਲ ਕੋਈ ਨਹੀਂ ਸੀ? ਅਸੀਂ 2-3 ਜਣੇ ਸੀਗੇ। ਦੋ ਵੀ ਲੱਗੀਆਂ ਚੋਟਾਂ? ਇੱਕ ਤਾਂ ਵੱਜੀ ਹੈ, ਟੁੱਟ ਵੱਜੀ ਹੈ ਅਤੇ ਹੋਰ ਵੀ ਵੱਜਿਆ ਕਾਫੀ ਕੁਛ, ਬਾਕੀ ਉਹ ਭੱਜ ਗਏ ਸੀ, ਉਹਨਾਂ ਨੂੰ ਇਹਨਾਂ ਨਹੀਂ ਵੱਜੀਆਂ। ਲੜਾਈ ਦਾ ਕਾਰਨ ਕੀ ਸੀ? ਲੜਾਈ ਕੱਲ੍ਹ ਅਸੀਂ ਜਾ ਰਹੇ ਸੀਗੇ ਅਤੇ ਉਹਨਾਂ ਨੇ ਸਾਡੇ ਵਿੱਚ ਬਾਈਕ ਮਾਰੀ ਅਤੇ ਉਹ ਉਦੋਂ ਔਖਾ ਸੌਖਾ ਹੋਏ ਵੀ ਐਵੇਂ ਕਿਵੇਂ ਵੀ ਇੱਦਾਂ ਕਿੱਦਾਂ ਵੀ ਹੋਏ ਵੀ, ਮੈਂ ਕਿਹਾ ਧਿਆਨ ਨਾਲ ਚਲਾ ਲਓ ਜਾਂ ਕਿਵੇਂ ਵੀ ਲਾ ਲਓ। ਉਹ ਕਹਿੰਦੇ ਲੈ ਤੁਸੀਂ ਬੰਦੇ ਮਾਰ ਕੇ ਸੁਣੋ, ਇਹ ਉਹ ਅੱਗੇ ਮੈਂ ਬੋਲਣ ਲੱਗ ਗਏ, ਕਹਿੰਦੇ ਵੇਖ ਲਾਂਗੇ ਕਰ ਲਾਂਗੇ ਅਸੀਂ ਆਪੇ ਜੋ ਕੁਛ ਕਰਨਾ ਅਤੇ ਅੱਜ ਉਹਨਾਂ ਨੇ ਬੰਦੇ ਬੁਲਾ ਕੇ ਮਾਰਤਾ। ਕਿੰਨੇ ਜਣੇ ਸੀ? ਉਹ 8-9 ਜਣੇ ਸੀਗੇ। ਕੀ ਕੀ ਹਥਿਆਰ ਸੀ? ਹਥਿਆਰ ਉਹਨਾਂ ਕੋਲ ਕਾਪੇ ਸੀਗੇ, ਤਲਵਾਰਾਂ ਸੀਗੀਆਂ ਅਤੇ ਰਾੜਾਂ ਸੀਗੀਆਂ। ਤੁਹਾਡੇ ਕਿੱਥੇ ਕਿੱਥੇ ਸੱਟ ਵੱਜੀ? ਮੇਰੇ ਸਿਰ ਦੇ ਵਿੱਚ ਵੱਜੀ ਹੈ, ਬਾਂਹ 'ਤੇ ਵੱਜੀ ਹੈ, ਹੱਥ 'ਤੇ ਵੱਜੀ ਹੈ।